a South Asian Canadian channel. बेहद ही मंदभागी घटना है। तीन चार दिन पहला भी एक सरोवर दे विच किसी ने गुटका साहब की बेअदबी करने की नापाक कोशिश की है। तो अज फिर एक सिरफिरे दुष्ट पापी वालों सचखंड श्री हरिमंदर साहब श्री दरबार साहब विखे एक होर बेअदबी करन दा यतन किया है। सचखंड श्री हरिमंदर साहब सिखां दा दिल है। ਅਤੇ ਸਿੱਖਾਂ ਦੇ ਦਿਲ ਦੇ ਉੱਤੇ ਪੈਰ ਰੱਖ ਕੇ ਕੋਈ ਇਹ ਆਸ ਰੱਖੇ ਕਿ ਮੈਂ ਜ਼ਿੰਦਗੀ ਜਿਉਂ ਲੂੰਗਾ ਅਤੇ ਉਹਦੀ ਗਲਤ ਫਹਿਮੀ ਹੈ। ਵੱਡੇ ਵੱਡੇ ਹਮਲਾਵਰ ਅਬਦਾਲੀ ਵਰਗੇ ਇਸ ਸਥਾਨ ਦੇ ਉੱਤੇ ਚੜ੍ਹ ਕੇ ਆਏ, ਇੰਦਰਾ ਗਾਂਧੀ ਚੜ੍ਹ ਕੇ ਆਈ, ਜਿਹਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਆਪਣਾ ਨਾਪਾਕ ਹਮਲਾ ਕਰਕੇ ਆਪਣੇ ਆਪ ਨੂੰ ਜੇਤੂ ਅਤੇ ਬਹਾਦਰ ਸਾਬਤ ਕਰਨ ਦਾ ਯਤਨ ਕੀਤਾ, ਪਰ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ। ਗੁਰੂ ਵੱਲ ਕੋਈ ਨਿਮਰਤਾ ਦੇ ਨਾਲ ਆਵੇ, ਕੋਈ ਸੀਸ ਝੁਕਾਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕੋਈ ਅਰਦਾਸ ਕਰੇ, ਤਾਂ ਇੱਥੇ ਸਭਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਵੀ ਹੁੰਦੀ ਹੈ। ਅਰਦਾਸਾਂ ਨੂੰ ਫਲ ਲੱਗਦੇ ਨੇ। ਇੱਥੇ ਗੁੰਗੇ ਜਿਹੜੇ ਨੇ ਉਹ ਬੋਲਦੇ ਦੇਖੇ ਗਏ ਨੇ, ਔਰ ਬੋਲੇ ਜਿਹੜੇ ਨੇ ਉਹਨਾਂ ਨੂੰ ਸੁਣਾਈ ਦਿੰਦਾ, ਇੱਥੇ ਪ੍ਰਤੱਖ ਜਿਹੜਾ ਹੈ ਉਹ ਸਾਬਤ ਹੋਇਆ। ਪਰ ਜਦੋਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਕਿਸੇ ਨੇ ਕੈਰੀ ਨਿਗਾਹ ਨਾਲ ਵੇਖਣ ਦਾ ਯਤਨ ਕੀਤਾ, ਤਾਂ ਸਿੱਖ ਪੰਥ ਨੇ ਹਮੇਸ਼ਾ ਜਿਹੜਾ ਹੈ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ, ਔਰ ਅੱਗੋਂ ਨੂੰ ਵੀ ਜਵਾਬ ਦੇਵੇਗਾ। ਅਤੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ ਇਲੈਕਸ਼ਨ ਦਾ ਦੌਰ ਹੈ, ਔਰ ਇਸ ਦੌਰ ਦੇ ਵਿੱਚ ਜੋ ਇਹ ਘਟੀਆ ਹਰਕਤਾਂ ਜਿਹੜੀਆਂ ਨੇ ਕਰਵਾਈਆਂ ਜਾ ਰਹੀਆਂ ਨੇ, ਜਿਹੜੀਆਂ ਵੀ ਏਜੰਸੀਆਂ ਇਹਨਾਂ ਘਟਨਾਵਾਂ ਨੂੰ ਕਰਾਉਣ ਦੇ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਸਬਰ ਦਾ ਪਿਆਲਾ ਜਿਹੜਾ ਹੈ ਉਹ ਭਰ ਚੁੱਕਿਆ। ਅਸੀਂ ਇਹਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ। ਅਤੇ ਮੈਂ ਸਿੱਖ ਜਗਤ ਨੂੰ ਵੀ ਇਹ ਅਪੀਲ ਕਰਦਾ ਕਿ ਜੇ ਕਿਤੇ ਵੀ ਕਿਤੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਅਤੇ ਸੰਗਤ ਉਸ ਦੁਸ਼ਟ ਦੋਸ਼ੀ ਨੂੰ ਮੌਕੇ ਦੇ ਉੱਤੇ ਜਿਹੜਾ ਫੜ ਕੇ ਸੋਧਾ ਲਾ ਦਿੰਦੀ ਹੈ, ਅਤੇ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਿਰਫ ਅਤੇ ਸਿਰਫ ਸਰਕਾਰ ਹੋਏਗੀ, ਅਤੇ ਜਾਂ ਫਿਰ ਉਹ ਦੁਸ਼ਟ ਦੁਖੀ ਖੁਦ ਹੋਏਗਾ। ਅਤੇ ਭਾਰਤ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹਦੇ ਪਿੱਛੇ ਕੌਣ ਤਾਕਤਾਂ ਜਿਹੜੀਆਂ ਜ਼ਿੰਮੇਵਾਰ ਹੈ, ਇਹਨੂੰ ਬੇਨਕਾਬ ਜਿਹੜਾ ਹੈ ਉਹ ਕੀਤਾ ਜਾਏ। ਕਿਹੜੀਆਂ ਤਾਕਤਾਂ ਐਸੇ ਘਨਾਉਣੇ ਘਟਨਾਕ੍ਰਮ ਜਿਹੜੇ ਵਰਤ ਰਹੇ ਨੇ, ਇਹਨਾਂ ਨੂੰ ਅੰਜਾਮ ਦੇ ਰਹੀਆਂ ਨੇ, ਇਹਨਾਂ ਘਟਨਾਕ੍ਰਮਾਂ ਤੋਂ ਪਰਦਾ ਜਿਹੜਾ ਹੈ ਉਹ ਚੁੱਕਿਆ ਜਾਣਾ ਚਾਹੀਦਾ। ਸਿੱਖ ਕੌਮ ਹੁਣ ਹੋਰ ਬਰਦਾਸ਼ਤ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਿਲਕੁਲ ਨਹੀਂ ਕਰੇਗੀ। A South Asian Canadian channel.